ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸ਼ਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਾਭੂ ਸਾਸ ਗਿਰਾਸ ਸਭ ਕਸ਼ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੁਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸੇ ਆਪਣ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜਪਾਗੀ ਨਾਨਕ ਜਨ ਸੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜਿਉ ਆਉ ਜੀ ਮਾਲਕਿ ਕੁੱਲ ਕਾਇਨਾਤ ਮੇਹਰਾ ਦੇ ਸਾਈ ਸਤਗੁਰੂ ਜੀ ਪੈਤੀ ਮਹਾਂਪੁਰਸ਼ਾਂ ਦੇ ਪਾਵਨ ਸਰੂਪ ਤਨ ਤਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਚਰਨਾਂ ਦਾ ਨਿਗਾਹ ਧਿਆਨ ਤਰਕੇ ਅਸੀਂ ਆਪਣੀ ਹਰ ਇੱਕ ਵਿਚਾਰ ਨੂੰ ਆਰੰਭ ਕਰਦੇ ਹਾਂ ਆਓ ਬਾਪੂ ਜੀ ਦੇ ਚਰਨਾਂ ਵਿੱਚ ਨਵਾਈਏ ਜੀ ਸੀਸ ਸਤਕਾਰ ਨਾਲ ਪਿਆਰ ਨਾਲ ਗੁਰੂ ਦੇ ਅਦਬ ਵਿੱਚ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13ਵੀਂ ਅਸ਼ਟਪਦੀ ਉਹਦੀ 8ਵੀਂ ਅਤੇ ਲਾਸਟ ਜਿਹੜੀ ਪੌੜੀ ਹੈ ਉਹ ਆਪ ਜੀ ਨੇ ਸਰਵਣ ਕੀਤੀ ਹੈ ਉਹਦਾ ਪਾਠ ਆਪ ਜੀ ਨੇ ਸੁਣਿਆ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਸ ਪੂਰੀ ਅਸ਼ਟਪਦੀ ਦੇ ਵਿੱਚ ਪਰਮਾਤਮਾ ਦੇ ਸਰੂਪ ਗੁਰੂ ਦੇ ਦੋਖੀ ਗੁਰੂ ਦੇ ਨਿੰਦਕ ਸੱਚ ਦੇ ਵਿਰੋਧੀ ਉਹਨਾਂ ਬੰਦਿਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ ਤੇ ਸਤਿਗੁਰੂ ਜੀ ਨੇ ਜਿੱਥੇ ਉਹਨਾਂ ਦੇ ਕਿਰਦਾਰ ਨੂੰ ਸਾਡੇ ਸਾਹਮਣੇ ਰੱਖਿਆ ਹੈ ਉਥੇ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਸੁਖੀ ਨਹੀਂ ਹੁੰਦੇ ਨਾ ਉਹ ਕਿਸੇ ਨੂੰ ਸੁਖੀ ਰਹਿਣ ਦੇਣਾ ਚਾਹੁੰਦੇ ਬਸ ਇੱਕ ਗੱਲ ਉਤੇ ਆਪਾਂ ਫੋਕਸ ਕਰਨਾ ਹੈ ਕਿ ਇਹ ਜ਼ਿੰਦਗੀ ਬਹੁਤ ਹੀ ਬੇਸ਼ਕੀਮਤੀ ਹੈ ਜਿੰਨਾ ਇਸ ਜ਼ਿੰਦਗੀ ਦੇ ਵਿੱਚ ਅਸੀਂ ਲੜਾਈ ਝਗੜੇ ਇਹਨਾਂ ਤੋਂ ਬਚ ਕੇ ਰਵਾਂਗੇ ਉਨਾ ਹੀ ਚੰਗੇ ਰਵਾਂਗੇ ਸੇਫ ਰਵਾਂਗੇ ਮੇਰਾ ਇੱਕ ਨਿੱਜੀ ਵਿਚਾਰ ਹੈ ਜੀਓ ਤੇ ਜੀਉਣ ਦੇਓ ਔਰ ਮੈਂ ਇਸ ਚੀਜ਼ ਦੇ ਉੱਤੇ ਪੈਰਾ ਵੀ ਦਿੰਨਾ ਹਾਂ ਕਿ ਜ਼ਿੰਦਗੀ ਇੱਕ ਵਾਰ ਮਿਲੀ ਹੈ ਦੂਸਰੀ ਵਾਰ ਨਹੀਂ ਮਿਲਦੀ ਔਰ ਗੁਰਬਾਣੀ ਦਾ ਇੱਥੇ ਪਾਵਨ ਬਚਨ ਹੈ ਕਿ ਜੇ ਜਾਣਾ ਮਰ ਜਾਈਏ ਘੁੰਮਣਾ ਆਈਏ ਝੂਠੀ ਦੁਨੀਆ ਲੱਗਣਾ ਆਪ ਵੰਜਾਈਏ ਔਰ ਮੈਂ ਇਹ ਪੰਕਤੀ ਨੂੰ ਕਦੇ ਨਹੀਂ ਭੁੱਲਦਾ ਹੁੰਦਾ ਜਦੋਂ ਸਾਨੂੰ ਪਤਾ ਹੈ ਇੱਕ ਦਿਨ ਇਦਾਂ ਲੇਟ ਜਾਣਾ ਆਪਾਂ ਮਰ ਜਾਣਾ ਫਿਰ ਅਸੀਂ ਕਿਉਂ ਪੁੱਠੀਆਂ ਕੰਮਾਂ ਵਿੱਚ ਪੈ ਕੇ ਇੱਕ ਦੂਜੇ ਨੂੰ ਤੰਗ ਕਰਦੇ ਆਂ ਦੁਖੀ ਕਰਦੇ ਆਂ ਇਸ ਸੰਸਾਰ ਨੂੰ ਖੂਬਸੂਰਤ ਬਣਾਉਣਾ ਕੂੜਾ ਕ੍ਰਿਕਟ ਸੁੱਟ ਕੇ ਗੰਦਗੀ ਨਹੀਂ ਫਰੋਣੀ ਇਹਦੀ ਖੂਬਸੂਰਤੀ ਦੇ ਵਿੱਚ ਹੋਰ ਜਿਆਦਾ ਵਾਧਾ ਕਰਨਾ ਉਹਦੇ ਲਈ ਸਾਨੂੰ ਇੱਕ ਚੀਜ਼ ਦੀ ਜ਼ਰੂਰਤ ਹੈ ਗੁਰੂ ਦੀ ਕਿਉਂਕਿ ਗੁਰੂ ਸਾਡੇ ਗਿਆਨ ਦਾ ਇੱਕ ਮੂਜਸਮਾ ਹੈ ਇੱਕ ਪ੍ਰਕਾਸ਼ ਹੈ ਰੌਸ਼ਨੀ ਹੈ ਜ਼ਿੰਦਗੀ ਦੀ ਤੇ ਸਾਨੂੰ ਨਾ ਹਰ ਇੱਕ ਮੋੜ ਦੇ ਉੱਤੇ ਅਗਵਾਈ ਦਿੰਦਾ ਹੈ ਜਿਵੇਂ ਆਪਾਂ ਨੈਵੀਗੇਸ਼ਨ ਪਾਉਂਦੇ ਆ ਨਾ ਤੇ ਨੈਵੀਗੇਸ਼ਨ ਸਾਨੂੰ ਲੈ ਕੇ ਚਲਾ ਜਾਂਦਾ ਉਸ ਜਗ੍ਹਾ ਤੇ ਜਿੱਥੇ ਆਪਾਂ ਕਦੇ ਗਏ ਹੀ ਨਾ ਹੋਈਏ ਪਰ ਫੇਰ ਵੀ ਲੈ ਜਾਂਦਾ ਸਾਨੂੰ ਉਹ ਆਪਾਂ ਉਹਨੂੰ ਫੋਲੋ ਕਰਦੇ ਆ ਗੱਡੀ ਘਮਾਉਂਦੇ ਆ ਤੇ ਪਹੁੰਚ ਜਾਂਦੇ ਆ ਅਸਲ ਵਿੱਚ ਗੁਰੂ ਦੇ ਜਿਹੜੇ ਉਪਦੇਸ਼ ਹੁੰਦੇ ਨੇ ਨਾ ਇਹ ਵੀ ਨੈਵੀਗੇਸ਼ਨ ਦਾ ਕੰਮ ਕਰਦੇ ਨੇ ਸੱਚੇ ਦਰਬਾਰ ਵਿੱਚ ਪਹੁੰਚਾਉਣ ਦੇ ਲਈ ਮਾਲਕ ਦੇ ਘਰ ਤੱਕ ਅਪੜਾਉਣ ਦੇ ਲਈ ਸਾਡਾ ਸਹਿਯੋਗ ਦਿੰਦੇ ਨੇ ਜਿਵੇਂ ਗੁਰੂ ਰਾਮਦਾਸ ਸਾਹਿਬ ਨੇ ਇਸ ਸਰੀਰ ਨੂੰ ਘੋੜੀ ਆਖਿਆ ਗਿਆ ਦੇਹ ਤੇਜਨਜੀ ਸ਼ਬਦ ਵਰਤੇ ਇਹ ਦੇਹ ਜਿਹੜੀ ਹੈ ਨਾ ਸਾਡੀ ਘੋੜੀ ਹੈ ਜਿਹਦੇ ਉੱਤੇ ਅਸਵਾਰ ਹੋਏ ਸਾਡੇ ਮਨ ਨੇ ਮਾਲਕੇ ਕੁਲ ਕਾਇਨਾਤ ਦੇ ਚਰਣੀ ਜਾ ਕੇ ਲੱਗਣਾ ਪਰ ਜੇ ਉਹ ਰਸਤੇ ਵਿੱਚ ਹੀ ਰਹਿ ਜਾਏ ਔਰ ਇਸ ਚੀਜ਼ ਦਾ ਮਤਲਬ ਹੈ ਕਿ ਉਹਦੀ ਮੰਜ਼ਿਲ ਅਜੇ ਪੂਰੀ ਨਹੀਂ ਹੋਈ ਹੈ ਉਹ ਰਸਤੇ ਵਿੱਚ ਹੀ ਰਹਿ ਗਿਆ ਚਾਲੇ ਤੇ ਹਰ ਮਿਲ ਕੋ ਵਿੱਚੇ ਅਟਕਿਓ ਚੀਤ ਰਸਤੇ ਵਿੱਚ ਹੀ ਚਿੱਤ ਅਟਕ ਗਿਆ ਤੇ ਉੱਥੇ ਦੇ ਉੱਥੇ ਹੀ ਆਪਾਂ ਇਥੰਮੀ ਬਣ ਕੇ ਰਹਿ ਗਏ ਗਾਂਤਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਤਸ਼ਾਹ ਨੇ ਬਹੁਤ ਦਇਆ ਕੀਤੀ ਹੈ ਇਸ ਗੱਲੋਂ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਐਸੇ ਰਾਹ ਦੱਸੇ ਨੇ ਐਸੀ ਕਿਰਪਾ ਕੀਤੀ ਹੈ ਕਿ ਅਸੀਂ ਕਦੇ ਵੀ ਗਲਤ ਪਾਸੇ ਨਹੀਂ ਜਾ ਸਕਦੇ ਆ ਕਦੇ ਵੀ ਖੁੰਝ ਨਹੀਂ ਸਕਦੇ ਆ ਜੇ ਅਸੀਂ ਗੁਰਬਾਣੀ ਨੂੰ ਫੋਲੋ ਕਰਦੇ ਹਾਂ ਤਾਂ ਜੇ ਗੁਰਬਾਣੀ ਮੁਤਾਬਕ ਤੁਰਦੇ ਹਾਂ ਤਾਂ ਹੱਸਣਾ ਬਹੁਤ ਜ਼ਰੂਰੀ ਹੈ ਔਰ ਜੀਵਨ ਦੇ ਵਿੱਚ ਹਾਸਾ ਹੋਣਾ ਵੀ ਚਾਹੀਦਾ ਹੈ ਜੀਵਨ ਦੇ ਵਿੱਚ ਆਨੰਦ ਹੋਣਾ ਵੀ ਚਾਹੀਦਾ ਹੈ ਆਨੰਦ ਤਾਂ ਹੀ ਆਏਗਾ ਹਾਸਾ ਤਾਂ ਹੀ ਆਏਗਾ ਜੇ ਅੰਦਰ ਖੁਸ਼ੀ ਹੋਏਗੀ ਤਾਂ ਅੰਦਰ ਖੁਸ਼ੀ ਤਦ ਹੋਏਗੀ ਜੇ ਅਸੀਂ ਗੁਰੂ ਨੂੰ ਫੋਲੋ ਕਰਕੇ ਤੇ ਗੁਰੂ ਉਪਦੇਸ਼ਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਹੜੀ ਹੈ ਉਹਨੂੰ ਢਾਲਨ ਦਾ ਯਤਨ ਕਰਾਂਗੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ 13ਵੀਂ ਅਸ਼ਟਪਦੀ ਦੀ ਜਿਹੜੀ ਲਾਸਟ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ ਪਿਆਰਿਓ ਉਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਨੇ ਆਖਿਆ ਸਬ ਘਟ ਤਿਸਕੇ ਉਹ ਕਰਨੇ ਹਰ ਸੁਣਿਓ ਜੀ ਪਾਠ ਧਿਆਨ ਨਾਲ ਸਬ ਘਟ ਤਿਸਕੇ ਸਾਰੇ ਸ਼ਰੀਰ ਘਟ ਦਾ ਮਤਲਬ ਹੈ ਸ਼ਰੀਰ ਸਾਰੇ ਸ਼ਰੀਰ ਉਸ ਦੇ ਨੇ ਉਹ ਕੌਣ ਪਰਮਾਤਮਾ ਨਿਰੰਕਾਰ ਉਹ ਕਰਨਹਾਰ ਉਹੀ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਕਰਨ ਦੇ ਸਮਰੱਥ ਹੈ ਮਤਲਬ ਹੈ ਆ ਜਿਹੜੀ ਕਾਇਨਾਤ ਹੈ ਦੁਨੀਆ ਓਨੇ ਤਿਆਰ ਕੀਤੀ ਓਨੇ ਬਣਾਈ ਹੈ ਉਹ ਸਭ ਕੁਝ ਕਰ ਸਕਦਾ ਹੈ ਉਹਦੇ ਸਾਹਮਣੇ ਅਸੀਂ ਕਿਸੇ ਜੋਗੇ ਨਹੀਂ ਅਗੇ ਜੇ ਵੇਖਿਆ ਜਾਏ ਨਾ ਉਹਦੇ ਸਾਹਮਣੇ ਆਪਾਂ ਕਿਸੇ ਜੋਗੇ ਨਹੀਂ ਹੈ ਅਸਲ ਦੇ ਵਿੱਚ ਉਹ ਸਾਡਾ ਪਿਤਾ ਹੈ ਸਾਡਾ ਮਾਲਕ ਹੈ ਸਾਡਾ ਖਸਮ ਹੈ ਸਾਡਾ ਨਾਥ ਹੈ ਤੇ ਸਾਨੂੰ ਹਰ ਇੱਕ ਜਗ੍ਹਾ ਦੇ ਉੱਤੇ ਉਹ ਮਾਲਕ ਬਚਾ ਕੇ ਰੱਖਦਾ ਔਰ ਇੱਥੇ ਸਿੱਖ ਨੇ ਇਹੀ ਗੱਲ ਕਹਿਣੀ ਮਾਲਕ ਜੇ ਡੋਰੀ ਤੇਰੇ ਹੱਥ ਵਿੱਚ ਹੈ ਮੇਰੇ ਆ ਮਾਲਕਾ ਤੇ ਕਿਰਪਾ ਕਰੀ ਇਸ ਡੋਰੀ ਨੂੰ ਕਦੇ ਛੱਡੀ ਨਾ ਤਾਂ ਕਿ ਆਪਾਂ ਨਾ ਤੇਰੇ ਚਰਨੀ ਲੱਗੇ ਰਹੀਏ ਕਿਉਂਕਿ ਜਦੋਂ ਤੱਕ ਤੇਰੇ ਨਾਲ ਜੁੜੇ ਆ ਉਦੋਂ ਤੱਕ ਸੇਫ ਆ ਇਹ ਮੇਰਾ ਮੰਨਣਾ ਹੈ ਕਿ ਮੈਂ ਆਪਣੇ ਗੁਰੂ ਨਾਲ ਜੁੜਿਆ ਤਾਂ ਮੈਂ ਸੇਫ ਹਾਂ ਵਾਕਈ ਸੱਚ ਹੈ ਗੁਰੂ ਨੇ ਬਹੁਤ ਜਗਾ ਤੋ ਬਚਾਇਆ ਗੁਰੂ ਕਿਰਪਾ ਕਰਦਾ ਵੀ ਹੈ ਬਹੁਤ ਸਾਰੇ ਲੋਕ ਤੁਹਾਨੂੰ ਖਤਮ ਕਰਨ ਦਾ ਯਤਨ ਕਰਦੇ ਨੇ ਰੋੜੇ ਅਟਕਾਉਂਦੇ ਨੇ ਤੁਹਾਡੇ ਜੀਵਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਗੁਰੂ ਦੀ ਇੱਕ ਐਸੀ ਕਿਰਪਾ ਹੈ ਕਿ ਗੁਰੂ ਕਦੇ ਮਰਨ ਨਹੀਂ ਦਿੰਦਾ ਗੁਰੂ ਕਦੇ ਸਾਨੂੰ ਧੋਕੇ ਵਿੱਚ ਆਉਣ ਨਹੀਂ ਦਿੰਦਾ ਕੀ ਹੋਇਆ ਛੋਟੇ-ਮੋਟੇ ਨੁਕਸਾਨ ਜ਼ਿੰਦਗੀ ਵਿੱਚ ਹੁੰਦੇ ਰਹਿੰਦੇ ਨੇ ਔਰ ਹੋਏ ਵੀ ਨੇ ਦਸ ਦੇ ਨਾਲ ਬਹੁਤ ਵੱਡੇ ਹੋਏ ਨੇ 2018 ਤੋਂ ਲੈ ਕੇ 2019 ਇਹ 2018 ਦਾ ਅੱਧਾ ਸਾਲ ਤੇ 2019 ਦਾ ਸਾਰਾ ਹੀ ਸਾਲ ਤਕਰੀਬਨ ਇਹਨਾਂ ਚੱਕਰਾਂ ਦੇ ਵਿੱਚ ਹੀ ਲੰਘਿਆ ਮੇਰਾ ਪਰ ਫਿਰ ਵੀ ਸਤਿਗੁਰੂ ਨੇ ਕਿਰਪਾ ਕੀਤੀ ਹੈ ਮਾਲਕ ਨੇ ਦਇਆ ਕੀਤੀ ਹੈ ਡੋਲ ਨਹੀਂ ਦਿੱਤਾ ਮਰਨ ਨਹੀਂ ਦਿੱਤਾ ਨਿੱਤਾ ਜਿੰਨੇ ਜਿੰਨੀਆਂ ਤਕਲੀਫਾਂ ਜਿੰਨੇ ਦੁੱਖ ਮੈਂ ਦੇਖ ਚੁੱਕਾ ਖੁਜ ਮੂਰਖ ਲੋਕ ਸਮਝਦੇ ਹੋਣੇ ਨੇ ਵੀ ਗੰਭੀਰ ਮਰ ਗਿਆ ਇਹ ਸਮਝਦੇ ਹੋਣੇ ਬਿਮਾਰਤਾ ਜੀ ਗੰਭੀਰ ਨੂੰ ਆਪਾਂ ਖਤਮ ਕਰਤਾ ਪਰ ਜੇ ਗੁਰੂ ਨਾਲ ਹੈ ਤਾਂ ਫਿਰ ਤਾਂ ਸਭ ਕੁਝ ਠੀਕ ਹੈ ਪਿਆਰਿਓ ਜੇ ਜ਼ਿੰਦਗੀ ਵਿੱਚ ਸਤਿਗੁਰੂ ਕਿਉਂਕਿ ਮੈਂ ਪਰਖਿਆ ਇਸ ਚੀਜ਼ ਉਤੇ ਮੈਂ ਨੋਟ ਕੀਤਾ ਇਸ ਚੀਜ਼ ਨੂੰ ਇੱਕ ਟਾਈਮ ਐਸਾ ਆਇਆ ਜਦੋਂ ਸਾਰੇ ਸਾਥ ਛੱਡ ਗਏ ਕੋਈ ਵੀ ਨਾਲ ਨਹੀਂ ਸੀ ਸਾਜਾਂਣਿਓ ਕੋਈ ਵੀ ਨਾਲ ਨਹੀਂ ਸੀ ਹੁੰਦਾ ਵੀ ਨਾ ਸਮਾਂ ਹੈ ਦੁਨੀਆ ਐਸੀ ਹੈ ਕਿਉਂਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕਾਂ ਦੀ ਵੀ ਵਿਚਾਰ ਸਿੱਖ ਸਿਧਾਂਤ ਟੀਵੀ ਉੱਤੇ ਕਰ ਚੁੱਕਾ ਉਹਦੇ ਵਿੱਚ ਵੀ ਇੱਕ ਸ਼ਬਦ ਜਿਹੜਾ ਆਇਆ ਸੀ ਵਿਸ਼ੇਸ਼ ਮੈਂ ਫੋਕਸ ਕੀਤਾ ਸੀ ਉਹਦੇ ਉੱਤੇ ਕਿ ਵਾਕਿਆ ਹੀ ਜਦੋਂ ਸੁੱਖ ਹੁੰਦੇ ਨੇ ਦੁਨੀਆ ਨਾਲ ਐ ਦੁੱਖ ਹੋਵੇ ਤੇ ਕੋਈ ਨੇੜੇ ਨਹੀਂ ਜੇ ਲੱਗਦਾ ਤੇ ਬਾਕੀ ਦੁਨੀਆ ਦੀ ਔਕਾਤ ਕਰੋਨੇ ਨੇ ਦੱਸ ਦਿੱਤੀ ਇਹ ਸੱਜਣੋ ਕਿਉਂਕਿ ਨਿਰੰਕਾਰ ਹੀ ਨਾਲ ਹੁੰਦਾ ਹੈ ਪਰਮਾਤਮਾ ਹੀ ਨਾਲ ਹੁੰਦਾ ਜੇ ਸੱਚਾ ਸਾਥੀ ਐ ਨਾ ਕੋਈ ਸੱਜਣ ਸੱਚਾ ਪਾਤਸ਼ਾਹ ਸਰਸ਼ਾਹਾਂ ਦਾ ਸ਼ਾ ਜਿਸ ਪਾਸ ਬੈਠਿਆ ਸੋਈਏ ਸਵਣਾ ਦਾ ਵੈਸਾ ਸਭ ਤੋਂ ਵੱਡਾ ਤਾਂ ਸਾਥੀ ਨਿਰੰਕਾਰ ਹੈ ਬਾਕੀ ਜੇ ਦੁਨੀਆ ਦੀ ਮੈਂ ਗੱਲ ਕਰਾਂ ਤੇ ਦੁਨੀਆ ਨੂੰ ਮੈਂ ਬਹੁਤ ਨੇੜੇ ਹੋ ਕੇ ਦੇਖ ਚੁੱਕਾ ਉਹਨਾਂ ਲੋਕਾਂ ਨੂੰ ਨੇੜੇ ਹੋ ਕੇ ਦੇਖ ਚੁੱਕਾ ਜਿਹੜੇ ਕਹਿੰਦੇ ਤੁਹਾਡੇ ਲਈ ਬਹੁਤ ਕੁਝ ਕਰਨ ਨੂੰ ਤਿਆਰ ਆ ਪਰ ਭਲਿਓ ਬਹੁਤ ਘੱਟ ਨਿੱਤਰਦੇ ਨੇ ਸੱਜਣਿਓ ਬਹੁਤ ਘੱਟ ਨਿੱਤਰਦੇ ਨੇ ਜ਼ਿੰਦਗੀ ਦੇ ਵਿੱਚ ਇਹ ਵੀ ਅਹਿਸਾਸ ਹੋਇਆ ਕਿ ਬਹੁਤ ਵੱਡੀਆਂ ਭੀੜਾਂ ਤੁਹਾਡਾ ਸਾਥ ਨਹੀਂ ਦਿੰਦੀਆਂ ਹੁੰਦੀਆਂ ਪਰ ਉਹਨਾਂ ਵਿੱਚੋਂ ਕੁਝ ਐਸੇ ਹੁੰਦੇ ਨੇ ਜਿਹੜੇ ਸਿਰ ਜਿੱਦ ਸਿਰ ਦੀ ਬਾਜ਼ੀ ਲਾ ਦਿੰਦੇ ਨੇ ਸਾਥ ਦਿੰਦੇ ਨੇ ਪਰ ਇੱਕ ਚੀਜ਼ ਨੋਰਮਲ ਜਿਹੜੀ ਮੈਂ ਵਿਚਾਰ ਕਰਨ ਲੱਗਾ ਗੁਰੂ ਦਾ ਪੱਲਾ ਛੱਡਿਓ ਮੈਂ ਛੱਡਿਆ ਮੇਰਾ ਗੁਰੂ ਅੰਗ ਸੰਗ ਸਹਾਈ ਹੋਇਆ ਮੈਂ ਬਚਿਆ ਰਿਆਂ ਨੇਤਾ ਸਮਾਜ ਨੇ ਨਾ ਮੈਨੂੰ ਵੀ ਮਾਰਨ ਤੋਂ ਢਿਲਣੀ ਸੀ ਕੀਤੀ ਜਿਹੜਾ ਮੈਂ ਤੁਹਾਡੇ ਸਾਹਮਣੇ ਹੁਣ ਬੋਲ ਰਿਹਾ ਨਾ ਹੋ ਹੋ ਸਕਦਾ ਮੈਂ ਢਿੱਲਾ ਪੈ ਜਾਂਦਾ ਤਾਂ ਹੁਣ ਤੱਕ ਮੈਂ ਮਰੀ ਜਾਂਦਾ ਇੱਕ ਟਾਈਮ ਐਸਾ ਆਇਆ ਸੀ ਪਰ ਨਹੀਂ ਗੁਰੂ ਬਚਾਉਂਦਾ ਉਹ ਕਿਸੇ ਟਾਈਮ ਤੁਹਾਡੇ ਨਾਲ ਮੈਂ ਸਾਰੀ ਸਟੋਰੀ ਪੇਸ਼ ਕਰਾਂਗਾ ਇੱਕ ਟਾਈਮ ਆਏਗਾ ਜਿਸ ਦਿਨ ਇੱਥੇ ਕੈਮਰੇ ਦੇ ਸਾਹਮਣੇ ਬੈਠ ਕੇ ਹਰ ਚੀਜ਼ ਮੈਂ ਤੁਹਾਨੂੰ ਦੱਸਾਂਗਾ ਪਰ ਅਜੇ ਮੌਕਾ ਨਹੀਂ ਟਾਈਮ ਨਹੀਂ ਪਿਆਰਿਓ ਸਤਗੁਰੂ ਦਾ ਉਪਦੇਸ਼ ਮੰਨ ਕੇ ਜੇ ਸਿੱਖ ਤੁਰੇ ਤਾਂ ਜ਼ਿੰਦਗੀ ਦੇ ਵਿੱਚ ਆਨੰਦ ਹੈ ਪਰ ਜਦੋਂ ਅਸੀਂ ਗੁਰੂ ਦਾ ਪੱਲਾ ਛੱਡਦੇ ਹਾਂ ਤਾਂ ਜ਼ਿੰਦਗੀ ਔਖੀ ਲੰਘਦੀ ਹੈ ਸਭ ਘਟ ਤਿਸਕੇ ਉਹ ਕਰਨਿਹਾਰ ਸਦਾ ਸਦਾ ਤਿਸਕੋ ਨਮਸਕਾਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਓ ਪਿਆਰਿਓ ਹਮੇਸ਼ਾ ਉਹਦੇ ਚਰਨਾਂ ਵਿੱਚ ਝੁਕੇ ਰਹੀਏ ਆਪਣਾ ਜਿਹੜਾ ਸੀਸ ਹੈ ਉਹਦੇ ਚਰਨਾਂ ਵਿੱਚ ਝੁਕਾ ਕੇ ਰਖੀਏ ਨਰੰਕਾਰ ਦੇ ਬੰਦਿਆਂ ਦੇ ਸਾਹਮਣੇ ਸਹਿਬਜ਼ਾਦਿਆਂ ਨੇ ਛੋਟੇ ਸਹਿਬਜ਼ਾਦਿਆਂ ਨੇ ਜਦੋਂ ਉਹਨਾਂ ਨੂੰ ਕਚਹਿਰੀ 'ਚ ਪਹਿਲੇ ਦਿਨ ਪੇਸ਼ ਕੀਤਾ ਜਾਣਾ ਸੀ ਤਾਂ ਇੱਕ ਬਹੁਤ ਵੱਡੀ ਝੂਠ ਭਾਰਤ ਦੀ ਬਹੁਤ ਵੱਡੀ ਝੂਠ ਜਿਦਾ ਨਾਮ ਸੀ ਸੁੱਚਾ ਆਨੰਦ ਪਾਪੀ ਹੈ ਸੀ ਝੂਠ ਨਾਮ ਸੁੱਚਾ ਆਨੰਦ ਸੀ ਵੇਖੋ ਉਸ ਸੁੱਚਾ ਆਨੰਦ ਪਾਪੀ ਨੇ ਜਿਹਦੇ ਲਈ ਮੈਂ ਇਸ ਟਾਈਮ ਦਿਲ ਕਰਿਆ ਵੀ ਹੋਰ ਸਖਤ ਸ਼ਬਦ ਵਰਤਾਂ ਪਰ ਨਹੀਂ ਵਰਤ ਸਕਦਾ ਉਸ ਬੰਦੇ ਨੇ ਵਜ਼ੀਰ ਖਾਨ ਨੂੰ ਕਿਹਾ ਸੀ ਕਿ ਆਪਾਂ ਇਹਨਾਂ ਦੀ ਹੈਂਕੜਾਉਂਦੇ ਤੋੜ ਦੇਣੀ ਕੀਤਾ ਕੀ ਗਿਆ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਕਲੋਜ਼ ਹੋ ਗਏ ਕਚੈਰੀ ਦਾ ਛੋਟਾ ਦਰਵਾਜਾ ਖੋਲਿਆ ਗਿਆ ਸਿਪਾਈਆਂ ਨੂੰ ਕਿਹਾ ਗਿਆ ਵੀ ਉਹ ਛੋਟੇ ਛੋਟੇ ਬੱਚੇ ਐ ਬੱਚੇ ਵੱਡਿਆਂ ਦੀ ਰੀਸ ਕਰਦੇ ਹੁੰਦੇ ਐ ਰੀਸ ਭੇਡਾਂ ਕਰਦੀਆਂ ਨੇ ਗੁਰਮਕ ਥੋੜੀ ਕਰਦੇ ਐ ਸ਼ੇਰ ਥੋੜੀ ਕਰਦੇ ਹੁੰਦੇ ਸ਼ੇਰਾਂ ਦੀਆਂ ਬੱਕਰੀਆਂ ਚਾਲ ਆਉਂਦੀਆਂ ਨੇ ਕਹਿੰਦਾ ਬੱਚੇ ਰੀਸ ਕਰਦੇ ਹੁੰਦੇ ਐ ਸਿਪਾਈਆਂ ਨੂੰ ਸਮਝਾਇਆ ਗਿਆ ਛੋਟੇ ਦਰਵਾਜੇ ਥਾਣੀ ਜਦੋਂ ਆਓ ਸਿਰ ਝੁਕਾ ਕੇ ਆਇਓ ਲੰਘਿਓ ਬੱਚੇ ਵੀ ਉਦਾਂ ਹੀ ਆਉਣਗੇ ਜਦੋਂ ਗੋਬਿੰਦ ਦੇ ਲਾਲ ਸਿਰ ਝੁਕਾ ਕੇ ਕਚਹਿਰੀ ਚੋਂ ਗਿਆ ਆਪਾਂ ਤਾਲੀਆਂ ਮਾਰ ਕੇ ਸਾਗੇ ਵੇਖੋ ਸਿਰ ਝੁਕਾ ਕੇ ਆ ਰਹੇ ਵੇਖੋ ਕੀ ਇੱਕ ਮਤ ਦਿੱਤੀ ਸੀ ਗੁਰੂ ਨੇ ਕੀ ਰਹਿਮਤ ਕੀਤੀ ਸੀ ਅੱਜ ਆਪਾਂ ਅਕਲੋਂ ਖਾਲੀ ਹੁੰਦੇ ਜੰਨੇ ਗੁਰੂ ਨੇ ਕੀ ਰਹਿਮਤ ਕੀਤੀ ਬੱਚਿਆਂ ਉੱਤੇ ਕਿਹੋ ਜਿਹਾ ਸੁਭਾਅ ਸੀ ਕਿਹੋ ਜੀ ਅਕਲ ਸੀ ਕਿੱਡੇ ਵੱਡੇ ਤਾਂ ਹੀ ਆਪਾਂ ਬਾਬਾ ਕਿਨਾਂ ਕਹਿੰਦੇ ਬਾਬੇ ਕਿਹਨੇ ਆਪਾਂ ਤੇ ਉਹਨਾਂ ਬੱਚਿਆਂ ਨੇ ਕੀ ਵੇਖਿਆ ਸਿਪਾਈ ਲੰਗੇ ਸੀਸਨਵਾਏ ਲੰਗੇ ਬੱਚਿਆਂ ਨੂੰ ਕਹਿੰਦੇ ਤੁਸੀਂ ਵੀ ਆਜੋ ਸਹਿਬਜ਼ਾਦਿਆਂ ਨੇ ਦੋਨਾਂ ਵੱਲ ਦੋਨਾਂ ਨੇ ਸਲਾਹ ਕੀਤੀ ਪਹਿਲਾਂ ਉਹਨਾਂ ਨੇ ਜਦੋਂ ਕਚਹਿਰੀ ਦੇ ਵਿੱਚ ਵੜਨ ਦੀ ਗੱਲ ਆਈ ਵੜਨ ਲੱਗੇ ਛੋਟੇ ਦਰਵਾਜ਼ੇ ਥਾਣ ਕਿਉਂਕਿ ਸਿਆਣੇ ਸੀ ਉਹਨਾਂ ਨੇ ਦੇਖਿਆ ਵੱਡਾ ਦਰਵਾਜ਼ਾ ਕਿਸੇ ਖਾਸ ਰੀਜਨ ਨੂੰ ਬੰਦ ਕੀਤਾ ਗਿਆ ਛੋਟਾ ਦਰਵਾਜ਼ਾ ਖੋਲਿਆ ਗਿਆ ਫਿਰ ਕੀ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਜੁੱਤੀਆਂ ਦਿਖਾਈਆਂ ਕਚਹਿਰੀ 'ਚ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਜੁੱਤੀਆਂ ਦਿਖਾਈਆਂ ਕਚਹਿਰੀ 'ਚ ਪੇਰੋਂ ਨਨ ਸਰ ਉੱਚੇ ਕਰਕੇ ਜਦੋਂ ਲੰਗੇ ਤੇ ਅੰਦਰ ਜਾਂਦੇ ਆ ਸਰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਕਾਰੇ ਛੱਡੇ ਐਦਾਂ ਦਾ ਜੇ ਜੀਵਨ ਹੋਵੇ ਤਾਂ ਕਿੰਨੀ ਆਨੰਦ ਹੈ ਲਾਈਫ ਵਿੱਚ ਕਿੰਨਾ ਆਨੰਦ ਹੈ ਕਿੰਨਾ ਸੁਆਦ ਹੈ ਸੋ ਝੁਕਣਾ ਨਿਰੰਕਾਰ ਮੂਰੇ ਬੰਦਿਆਂ ਮੂਰੇ ਨਹੀਂ ਲੋਕਾਂ ਮੂਰੇ ਨਹੀਂ ਸੰਸਾਰ ਦਾ ਸੁਭਾਅ ਹੈ ਉਹ ਤੁਹਾਨੂੰ ਝੁਕਾਉਣ ਦਾ ਯਤਨ ਕਰਦਾ ਪਰ ਝੁਕਿਓ ਨਾ ਝੁਕਿਓ ਤੇ ਇੱਕ ਮਾਰਗ ਦੇ ਚਰਨ ਨਹੀਂ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਉਸ ਪ੍ਰਮਾਤਮਾ ਦੀ ਵਡਿਆਈ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਨਹੀਂ ਜਦੋਂ ਤੱਕ ਜ਼ਿੰਦਗੀ ਹੈ ਰਾਤ ਹੋਵੇ ਚਾਹੇ ਦਿਨ ਕਰਦਾ ਰਹ ਉਹਦੇ ਆਨੰਦ ਵਿੱਚ ਭਿੱਜਿਆ ਰਹ ਉਸ ਮਾਲਕ ਨੂੰ ਕਹਿ ਦਾਤਿਆ ਤੇਰਾ ਦਿੱਤਾ ਖਾਰਿਆਂ ਜੇ ਸੁਆਰਿਆਂ ਤੇ ਸੌਂਰਿਆਂ ਜੇ ਉਠਾਰਿਆਂ ਤੇ ਉੱਠਦੇ ਦਿਨ ਹੋਵੇ ਰਾਤ ਉਹ ਜ਼ਿੰਦਗੀ ਦਾ ਹਰ ਇੱਕ ਪਲ ਉਹਦੀ ਯਾਦ ਵਿੱਚ ਗੁਜ਼ਰੇ ਉਹਦੇ ਪਿਆਰ ਵਿੱਚ ਗੁਜ਼ਰੇ ਤਾਂ ਜੀਵਨ ਆਨੰਦ ਨਾਲ ਭਰ ਜਾਏਗਾ ਤਿਸੇ ਈਹਾ ਬੋ ਸਾਸ ਗਿਰਾਸ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਦਮ ਦਮ ਸਦਾ ਸੰਭਾਲਣਾ ਉਹਨੂੰ ਹਰ ਇੱਕ ਦਮ ਹਰ ਇੱਕ ਸਵਾਸ ਨਾਲ ਉਸ ਮਾਲਕ ਨੂੰ ਯਾਦ ਰੱਖਣਾ ਜਿਸ ਮਾਲਕ ਨੇ ਇਹ ਜ਼ਿੰਦਗੀ ਤੈਨੂੰ ਕਿਰਪਾ ਕਰਕੇ ਰਹਿਮਤ ਕਰਕੇ ਦਿੱਤੀ ਹੈ ਕਿਉਂਕਿ ਆਪਣੀ ਜਿਹੜੀ ਜ਼ਿੰਦਗੀ ਹੈ ਪਿਆਰਿਓ ਇਹ ਮਾਲਕ ਦੀ ਇੱਕ ਬੜੀ ਵੱਡੀ ਦੇਣ ਹੈ ਤੇ ਜਦੋਂ ਅਸੀਂ ਉਹਨੂੰ ਹਰ ਇੱਕ ਦਮ ਨਾਲ ਹਰ ਇੱਕ ਸਵਾਸ ਨਾਲ ਯਾਦ ਰੱਖਾਂਗੇ ਤੇ ਫਿਰ ਸਤਿਗੁਰੂ ਕਹਿੰਦੇ ਨੇ ਉਹ ਮਾਲਕ ਵੀ ਕਿਰਪਾ ਕਰੇਗਾ ਸੋ ਇਹ ਜਿਹੜੀ ਬੋੜੀ ਹੈ ਇਦੇ ਵਿੱਚ ਉਹਦੀਆਂ ਰਹਿਮਤਾਂ ਦਾ ਜ਼ਿਕਰ ਕੀਤਾ ਗਿਆ ਹੁਣ ਧਿਆਨ ਨਾਲ ਸਾਰੀ ਜਿਹੜੀ ਪੌੜੀ ਹੈ ਉਹ ਤੁਸੀਂ ਸੁਣ ਕੇ ਦੇਖਿਓ ਵੀ ਕਿਵੇਂ ਸਤਿਗੁਰੂ ਜੀ ਨੇ ਇੱਕ ਇੱਕ ਸ਼ਬਦ ਬਹੁਤ ਵਧੀਆ ਤਰੀਕੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਤੇ ਆਖਿਆ ਬੰਦਿਆ ਜੇ ਤੂੰ ਉਸ ਨਿਰੰਕਾਰ ਦੇ ਚਰਨਾਂ ਲੱਗ ਜਾਏ ਤਾਂ ਸਾਰੀਆਂ ਰਹਿਮਤਾਂ ਹੋ ਜਾਣਗੀਆਂ ਅਗਲੀ ਗੱਲ ਜਿਹੜੀ ਮੈਂ ਕਹਿਣ ਲੱਗਾ ਸਭ ਕਾਸ਼ ਵਰਤੈ ਤਿਸਕਾ ਕੀਆ ਹੁਣ ਇੱਥੇ ਰੁਕਿਓ ਸੰਸਾਰ ਵਿੱਚ ਹਰ ਇੱਕ ਖੇਡ ਉਹਦੀ ਵਰਤਰੀ ਹੈ ਦੁਨੀਆ 'ਚ ਜੋ ਹੋ ਰਿਹਾ ਨਾ ਉਹਦੀਆਂ ਖੇਡਾਂ ਨੇ ਉਹਦੀਆਂ ਖੇਡਾਂ ਹੈ ਹੀ ਬੜੀਆਂ ਪਿਆਰੀਆਂ ਉਹ ਬੰਦੇ ਨੂੰ ਜਦੋਂ ਖੜਾਉਂਦਾ ਨਾ ਕਈ ਵਾਰੀ ਬੰਦਾ ਹਾਰ ਵੀ ਜਾਂਦਾ ਡਿੱਗ ਵੀ ਜਾਂਦਾ ਪਰ ਮੇਰੇ ਬਾਪੂ ਕਲਗੀਆਂ ਵਾਲੇ ਨੇ ਮੇਰੇ ਸੱਚੇ ਪਾਤਸ਼ਾਹ ਨੇ ਇਹਨਾਂ ਖੇਡਾਂ ਨੂੰ ਦਿਖਾਇਆ ਵੀ ਜ਼ਿੰਦਗੀ ਜਿਹੜੀ ਹੈ ਕੱਲੀ ਸੁੱਖ ਆਰਾਮ ਦਾ ਨਾਮ ਨਹੀਂ ਹੈ ਜ਼ਿੰਦਗੀ ਕੰਡਿਆਂ ਤੇ ਤੋੜ ਸਕਦੀ ਹੈ ਮਾਸ਼ੀਵਾੜੇ 'ਚ ਤੈਨੂੰ ਸੁਵਾ ਸਕਦੀ ਹੈ ਤੇਰੀ ਅੱਖਾਂ ਸਾਹਮਣੇ ਤੇਰੇ ਪੁੱਤ ਮਰਵਾ ਸਕਦੀ ਐ ਭਲਿਆ ਆਪਣੀ ਗੈਰਤ ਨੂੰ ਨਾ ਛੱਡੀ ਅਣਖ ਨੂੰ ਨਾ ਛੱਡੀ ਆਪਣੀ ਜ਼ਮੀਰ ਨੂੰ ਨਾ ਕਦੇ ਵੇਚੀ ਜਿਹੜੀਆਂ ਕੌਮਾਂ ਦੇ ਆਗੂ ਜ਼ਮੀਰਾਂ ਵੇਚ ਦਿੰਦੇ ਨੇ ਨਾ ਕੌਮਾਂ ਰੁਲਦੀਆਂ ਨੇ ਸਾਡੇ ਨਾਲ ਆਹੀ ਕੁਝ ਹੋਇਆ ਆਪਣੀਆਂ ਜ਼ਮੀਰਾਂ ਨਹੀਂ ਵੇਚਣੀਆਂ ਆਪਾਂ ਸਾਡੇ ਬਾਪੂ ਨੇ ਬਹੁਤ ਕੁਝ ਦੇਖਿਆ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਪਰ ਉਹ ਡਟੇ ਰਹੇ ਡਟੇ ਰਹੇ ਉਹ ਹਾਰੇ ਨਹੀਂ ਅਸੀਂ ਵੀ ਆਪਣੀ ਜਿਹੜੀ ਜ਼ਿੰਦਗੀ ਇਸ ਤਰ੍ਹਾਂ ਦੀ ਬਣਾਉਣੀ ਕਿ ਕਦੇ ਹਾਰ ਮੰਨਣੀ ਨਹੀਂ ਆਪਾਂ ਝੁਕੀਏ ਕਿਉਂ ਜਿਹਦੇ ਵੱਲ ਨਿਰੰਕਾਰ ਹੋਵੇ ਉਹਨੂੰ ਝੁੱਕਣ ਦੀ ਲੋੜ ਨਹੀਂ ਪੈਂਦੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੈਸਾ ਕਰੇ ਤੈਸਾ ਕੋਥੀਆ ਪ੍ਰਮਾਤਮਾ ਨਾਲ ਜੀਵ ਨੂੰ ਜਿਹੋ ਜਿਹਾ ਬਣਾਉਂਦਾ ਹੈ ਉਹੋ ਜਿਹਾ ਹਰ ਇੱਕ ਜੀਵ ਬਣ ਜਾਂਦਾ ਹੈ ਇਹਦਾ ਮਤਲਬ ਹੈ ਕਿ ਆਪਾਂ ਰਹਿਨੇ ਰੱਬੀ ਕਾਨੂੰਨ ਵਿੱਚ ਜਦੋਂ ਸਾਡੇ ਉੱਤੇ ਕਿਰਪਾ ਕਰਦਾ ਨਾ ਨਿਰੰਕਾਰ ਤੇ ਨਿਰੰਕਾਰ ਦੀ ਕਿਰਪਾ ਗੁਰੂ ਦੇ ਰਹੀ ਹੁੰਦੀ ਹੈ ਜਦੋਂ ਗੁਰੂ ਦੇ ਰਹੀਂ ਉਹ ਕਿਰਪਾ ਕਰਦਾ ਤੇ ਗੁਰੂ ਸਾਡੇ ਜੀਵਨ ਦੀ ਘਾੜਤ ਨਾ ਵਧੀਆ ਕਰ ਦਿੰਦਾ ਵਧੀਆ ਬਣਾ ਦਿੰਦਾ ਸਾਨੂੰ ਕਿਸੇ ਟਾਈਮ ਸਾਡੇ ਵਰਗੇ ਇੱਕ ਵਿਧੀਚੰਦ ਚੋਰ ਨੂੰ ਭਾਈ ਅਦਲੀ ਜੀ ਦੇ ਰਹੀਂ ਆਪਣੇ ਆਪਣਾ ਸਿੱਖ ਬਣਾ ਲੈਂਦਾ ਤੇ ਉਹਦਾ ਜੀਵਨ ਉੱਚਾ ਸੁੱਚਾ ਕਰ ਦਿੰਦਾ ਕਿਸੇ ਟਾਈਮ ਇੱਕ ਅਮਰਦਾਸ ਕਹੇ ਜਾਣ ਵਾਲੇ ਆਮ ਇਨਸਾਨ ਨੂੰ ਬੀਬੀ ਅਮਰੋ ਦੇ ਰਾਈ ਗੁਰਬਾਣੀ ਦੀਆਂ ਪੰਕਤੀਆਂ ਸੁਣਾ ਕੇ ਆਪਣੇ ਚਰਨ ਹੀ ਲਾਉਂਦਾ ਤੇ ਉਹਨਾਂ ਨੂੰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬਾ ਨਾਲ ਦਿੰਦਾ ਕਿਸੇ ਟਾਈਮ ਅਨਾਥ ਕਹੇ ਜਾਣ ਵਾਲੇ ਭਾਈ ਜੇਠਾ ਨੂੰ ਗੁਰੂ ਰਾਮਦਾਸ ਬਣਾ ਦਿੰਦਾ ਉਹਦੀਆਂ ਖੇਡਾਂ ਦਾ ਪਤਾ ਹੀ ਕੱਖਣੀ ਹੈ ਜਦੋਂ ਖੇਡਾਂ ਵਰਤੋਂਦਾ ਨਾ ਤੇ ਬੰਦੇ ਨੂੰ ਕਿੱਥੇ ਦਾ ਕਿੱਥੇ ਦਾ ਕਿੱਥੇ ਲੈ ਜਾਂਦਾ ਹੰਕਾਰ ਨਾ ਕਰਿਓ ਈਗੋ ਨਾ ਕਰਿਓ ਕਿਸੇ ਟਾਈਮ ਉਹਦੀਆਂ ਖੇਡਾਂ ਦੇ ਵਿੱਚ ਆਪਾਂ ਗਰੀਬ ਹੁੰਨੇ ਆ ਕਿਸੇ ਟਾਈਮ ਅਮੀਰ ਹੁੰਨੇ ਆ ਜਦੋਂ ਅਮੀਰ ਹੋ ਜਾਈਏ ਤੇ ਗਰੀਬਾਂ ਦਾ ਵੀ ਖਿਆਲ ਰੱਖੀਏ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੀਏ ਦੇਖੋ ਮਾਲਕ ਨੇ ਦਿੱਤਾ ਹੀ ਕਿੰਨਾ ਕੁਝ ਹੈ ਰਹਿਮਤਾਂ ਹੀ ਉਹਦੀਆਂ ਕਿੰਨੀਆਂ ਵੱਡੀਆਂ ਤੇ ਜੇ ਆਪਾਂ ਉਹਦੇ ਨਾਲ ਕਿਤੇ ਜੁੜ ਕੇ ਰਹੀਏ ਤੇ ਹੋਰ ਆਨੰਦ ਨਾਲ ਭਰਾਂਗੇ ਹੋਰ ਜੀਵਨ ਜਿਹੜਾ ਉਹ ਖੁਸ਼ਹਾਲੀ ਨਾਲ ਭਰ ਜਾਏਗਾ ਸਤਿਗੁਰੂ ਕਹਿੰਦੇ ਨੇ ਆਪਣਾ ਖੇਲ ਆਪ ਕਰਨਿਆਰ ਇਹ ਜਗਤ ਜਿਹੜਾ ਹੈ ਇਹ ਉਹਦੀ ਆਪਣੀ ਖੇਡ ਹੈ ਇਹ ਖੇਡਾਂ ਨਿਰੰਕਾਰ ਆਪ ਕਰਿਆ ਤੂੰ ਖੇਡਾ ਹੀ ਐ ਸੰਸਾਰ ਆ ਵਿਖੋ ਧਿਆਨ ਨਾਲ ਵਿਖੋ ਖੇਡਾਂ ਹੀ ਹੋ ਰੀਆਂ ਨੇ ਦੁਨੀਆ ਦੀਆਂ ਆਪਾਂ ਐਵੇਂ ਲੜਨ ਕੇ ਮਰੀ ਜਾਨੇ ਦੂਸਰ ਕੌਣ ਕਹੇ ਵਿਚਾਰ ਕੌਣ ਕੋਈ ਦੂਜਾ ਸਲਾਹ ਜਿਹੜਾ ਵਾ ਉਹ ਦੱਸ ਸਕਦਾ ਨਿਰੰਕਾਰ ਨੂੰ ਉਹਨੂੰ ਪ੍ਰਮਾਤਮਾ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੁੰਦੀ ਉਹ ਆਪਣੀ ਮਰਜ਼ੀ ਮੁਤਾਬਕ ਤੁਰਦਾ ਉਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਜਿਸਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇਹ ਹੁਣ ਕਮਾਲ ਹੈ ਜਿਹਦੇ ਉੱਤੇ ਕਿਰਪਾ ਕਰਦਾ ਉਹਨੂੰ ਆਪਣੇ ਨਾਮ ਦੀ ਸਿਮਰਨ ਦੀ ਆਪਣੇ ਗੁਣਾਂ ਦੀ ਦਾਤ ਦੁਆਰਾ ਨਵਾਜਦਾ ਅਖੀਰ ਦੀ ਪੰਕਤੀ ਕਹਾਂ ਬੜਪਾਗੀ ਨਾਨਕ ਜਨ ਸੇ ਤੇ ਜਿੰਨੂੰ ਇਹ ਦਾਤਾਂ ਦੇ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਓਦੇ ਤੋਂ ਵੱਡਾ ਹੋਰ ਵੱਡਿਆਂ ਭਾਗਾਂ ਵਾਲਾ ਕੇਰਾ ਜਿਹਦੇ ਉੱਤੇ ਕਿਰਪਾ ਕਰੇ ਗੁਰੂ ਦੀ ਰਾਈ ਉਹਨੂੰ ਨਾਮ ਦੀ ਦਾਤ ਆਪਣੇ ਗੁਣਾਂ ਦੀ ਦਾਤ ਦੇ ਦੇ ਓਦੇ ਨਾਲੋਂ ਵੱਡਾ ਭਾਗਾ ਵਾਲਾ ਚੰਗਾ ਇਨਸਾਨ ਖੁਸ਼ਕਿਸਮਤ ਇਨਸਾਨ ਕੌਣ ਹੋ ਸਕਦਾ ਸੋ ਵੇਖੋ ਕਿੰਨੀਆਂ ਰਹਿਮਤਾਂ ਕੀਤੀਆਂ ਸਤਿਗੁਰੂ ਨੇ ਕਿੰਨੀ ਕਿਰਪਾ ਕੀਤੀ ਕਿੰਨੇ ਕਿੰਨੇ ਪਿਆਰੇ ਪਿਆਰੇ ਬੋਲ ਜਿਹੜੇ ਨੇ ਆਖਰੀ ਪੌੜੀ ਦੇ ਵਿੱਚ ਸਾਨੂੰ ਦਿੱਤੇ ਨੇ ਐ ਹਰ ਇੱਕ ਚੀਜ਼ ਖੋਲ ਕੇ ਸਾਡੇ ਸਾਹਮਣੇ ਰੱਖ ਦਿੱਤੀ ਕਿ ਝੁਕਣਾ ਤੇ ਨਿਰੰਕਾਰ ਸਾਹਮਣੇ ਝੁਕਿਓ ਉਹਦੇ ਸਾਹਮਣੇ ਝੁਕਿਓ ਜਿਹਦੀ ਖੇਡ ਹੈ ਸਾਰੀ ਜੇ ਉਹਦੇ ਨਾਲ ਜੁੜ ਕੇ ਰਹੋਗੇ ਸਵਾਸ ਸਵਾਸ ਨੂੰ ਸਿਮਰਦੇ ਰਹੋਗੇ ਦਿਨ ਰਾਤ ਤੁਹਾਡਾ ਖੁਸ਼ੀ ਦਿਨ ਨਾਲ ਬਤੀਤ ਹੋਏਗਾ ਬੁੱਲਾਂ ਤੇ ਹਸਾਤਾ ਦਾਏਗਾ ਜੀ ਅੰਦਰਾਸ ਤੇ ਜਿਨ੍ਹਾਂ ਦੇ ਅੰਦਰ ਹਸਾ ਹੈ ਉਹਨਾਂ ਦੇ ਬੁੱਲਾਂ ਤੇ ਹਸਾ ਜਿਨ੍ਹਾਂ ਦੇ ਅੰਦਰ ਨੂਰ ਹੈ ਉਹਨਾਂ ਦੀਆਂ ਅੱਖਾਂ ਤੇ ਉਹਨਾਂ ਦੇ ਚਿਹਰੇ ਤੇ ਨੂਰ ਹੋਏਗਾ ਭਾਵੇਂ ਕਿ ਜਿਨ੍ਹਾਂ ਨੇ ਅੰਦਰ ਕਮਲ ਦਾ ਫੁੱਲ ਖਿੜਾ ਲਿਆ ਜਿਨ੍ਹਾਂ ਦੇ ਅੰਦਰ ਰੌਸ਼ਨੀ ਹੋ ਗਈ ਜਿਨ੍ਹਾਂ ਦੇ ਅੰਦਰ ਨਿਰੰਕਾਰ ਦਾ ਵਾਸਾ ਪ੍ਰਗਟ ਹੋ ਗਿਆ ਉਹਨਾਂ ਦੇ ਚਿਹਰੇ ਮੂਰੇ ਸਾਫ ਸੁਧਰੇ ਹੋ ਜਾਂਦੇ ਨੇ ਤੇ ਉਹਨਾਂ ਦਾ ਜਿਹੜਾ ਬਾਹਰਲਾ ਜੀਵਨ ਹੈ ਉਹ ਵੀ ਬਹੁਤ ਪਿਆਰਾ ਹੋ ਜਾਂਦਾ ਸੋ ਇਹ ਸਾਰੀਆਂ ਬਾਤਾਂ ਜਿਹੜੀਆਂ ਨੇ ਇਹ ਸਾਡੇ ਜੀਵਨ ਨੂੰ ਉੱਚਾ ਚੁੱਕਣ ਦੇ ਲਈ ਨੇ ਆਓ ਸਤਿਗੁਰੂ ਦੇ ਇਹਨਾਂ ਬਚਨਾਂ ਨੂੰ ਹੁਕਮਾਂ ਨੂੰ ਵਿਚਾਰਾਂ ਨੂੰ ਆਪਣੇ ਪੱਲੇ ਬਣਾਈਏ ਤੇ ਜੋ ਸਤਿਗੁਰੂ ਨੇ ਕਿਹਾ ਉਸ ਡਾਇਰੈਕਸ਼ਨ ਨੂੰ ਮੰਨ ਕੇ ਚੱਲੀਏ ਤਾਂ ਕਿ ਜਿਹੜਾ ਸਾਡਾ ਆ ਜੀਵਨ ਹੈ ਇਹ پاک ਪਵਿੱਤਰ ਹੋ ਸਕੇ ਐਸੇ ਹੀ ਪਾਉਣ ਬਾਣੀ ਦਾ ਬਚਨ ਹੈ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਰਹਿਮਤ ਆਉਣ ਸਾਡੇ ਘਰਾਂ ਵਿੱਚ ਵੀ ਸੋ ਇਤਨੀਆ ਬੇਨਤੀਆਂ ਸਵਾਰ ਕਰਣੀਆਂ ਜੀ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਜੀ ਕਿਰਪਾ ਕਰਨ ਦਇਆ ਕਰਨ ਆਪਾਂ ਸਾਰੇ ਮਾਲਕ ਦੇ ਚਰਨਾਂ ਨਾਲ ਜੁੜ ਕੇ ਰਹੀਏ ਜੀ ਜਿੰਨਾ ਪਿਆਰਿਆਂ ਨੇ ਸੱਚ ਦੀ ਆਵਾਜ਼ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹਨਾਂ ਨੂੰ ਮੈਂ ਇਹ ਵੀ ਬੇਨਤੀ ਕਰਾਂ ਸਿੱਖ ਸਿਧਾਂਤ ਟੀਵੀ ਜਿਹੜਾ ਉਹਦੇ ਨਾਲ ਵੀ ਤੁਸੀਂ ਜੁੜੋ ਆਪਾਂ ਉਹਦੇ ਤੇ ਵੀ ਨਾਲ ਨਾਲ ਹੋਰ ਜਿਹੜੀਆਂ ਵਿਚਾਰਾਂ ਨੇ ਉਹ ਲੈ ਕੇ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ